साढ़े जिहड़े पासे सबान आ जदों अपनी वह पूरी रूह दे विच आ के पवित्र आत्मा दे विच आ के किसी नूं भी कोई आशीर्वाद दिंदे आ ते वह बंदा जिहड़ा वह चंगा हुंदा आ। जदों मत्थे वल कोई भी पासे हाथ लगाउंदा आ उहदे विच इक मतलब जिहड़ी शक्ति काम करदी आ परमात्मा की शक्ति काम करती है प्रभु यीशु मसीह की शक्ति काम करती है और वो अपना आशीर्वाद जिहड़ा लोगों को बीमारों को देंदे आ तो वह उस दे नाल चंगे होंदे ने। लखे सिधाणे नूं मैं मेरे वीर नूं बड़ा चंगा समझदा सीगा पर जो भी उसने पिछले समय दे विच साढ़े प्रचारकों के बारे बोलिया आ वह बहुत माड़ी गल है और लखा सिधाणा नूं मेरी चेतावनी आ कि जेकर इस तरह के बयान दोगे तुसीं पूरे क्रिश्चन भाईचारे लई 40 लाख का साडा भाईचारा आ और इस तरह की जिहड़ी बयानबाजी आ लत्तां वढ़नियां प्रचारक अंदर आउणगे पिंडां दे विच ते लत्तां वढ़ के दसांगे लखा सिधाणा नूं कहो कि लत्त वढ़ के दसे ते फिर असीं उहदे नाल गल करांगे। कोई फंडिंग नहीं आ रही है किसी किस्म की फंडिंग नहीं आ रही है लोग पैसा देने की बजाय जी कोई किसी को लालच नहीं दिता जा रहा ये सिर्फ खा मखा गल्लां ने। जिन्हें भी लोग इनकलूडिंग लखा सिधाणा बोल रहे हैं कि लालच देंदे तुसीं देखो कि जिहड़ा सेंसस आ उहदे विच नोट करो कि क्रिश्चियन कम्यूनिटी जिहड़ी आ कित्थे इस टाइम स्टैंड आ। सत श्री अकाल डेली पोस्ट पंजाबी देख रहे हो तो मैं गगन शुक्ला इस वेले मेरे नाल गलबात करन दे लई तरसेम मसीह सोहोता जी मौजूद ने साबका क्रिश्चियन वेलफेयर बोर्ड के चेयरमैन ने गलबात कर लेने हैं। चेयरमैन साहब पहला तो बहुत स्वागत है जी। ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਲੋਕ ਸਾਨੂੰ ਸੁਣ ਰਹੇ ਤੁਹਾਡੇ ਚੈਨਲ ਦੇ ਰਾਹੀਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੇ ਆਪਣਾ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਸਰ ਬਹੁਤ ਚੀਜ਼ਾਂ ਵਿਵਾਦਾਂ 'ਚ ਰਹੀਆਂ ਅਗਰ ਥੋੜ੍ਹਾ ਮੈਂ ਪਿੱਛੇ ਚਲੇ ਜਾਵਾਂ ਤਾਂ ਪ੍ਰਚਾਰਕਾਂ ਨੂੰ ਤੁਹਾਡਿਆਂ ਨੂੰ ਉਹਨਾਂ ਦੇ ਕੰਮ ਕਰਨ ਦੇ ਤਰੀਕਿਆਂ ਨੂੰ ਬਹੁਤ ਸਾਰੇ ਸਵਾਲ ਖੜੇ ਹੋਏ ਨੇ। ਮੇਰਾ ਜਿਹੜਾ ਸਵਾਲ ਇੱਥੋਂ ਹੀ ਸ਼ੁਰੂ ਕਰ ਲੈਣਾ ਕਿ ਕੀ ਜਿਸ ਤਰ੍ਹਾਂ ਇੱਦਾਂ ਮਾਰ ਕੇ ਜਾਦੂ ਨਾਲ ਕੋਈ ਬੰਦਾ ਠੀਕ ਹੋ ਸਕਦਾ ਜਾਂ ਨਹੀਂ ਹੋ ਸਕਦਾ? ਦੇਖੋ ਪਹਿਲੀ ਤਾਂ ਗੱਲ ਤਾਂ ਜਿਹੜਾ ਤੁਸੀਂ ਵਰਡ ਯੂਜ਼ ਕਰ ਰਹੇ ਹੋ ਨਾ ਜਾਦੂ ਦਾ ਇੱਦਾਂ ਦਾ ਕੋਈ ਵਰਡਸ ਨਹੀਂ ਹੈਗਾ। ਪਵਿੱਤਰ ਬਾਈਬਲ ਆ, ਪਵਿੱਤਰ ਬਾਈਬਲ ਦੇ ਵਿੱਚ ਇੱਕ ਸ਼ਕਤੀ ਆ ਔਰ ਜਦੋਂ ਇੱਕ ਸਾਡੇ ਜਿਹੜੇ ਪਾਸੇ ਸਬਾਨ ਆ ਜਦੋਂ ਆਪਣੀ ਉਹ ਪੂਰੀ ਰੂਹ ਦੇ ਵਿੱਚ ਆ ਕੇ ਪਵਿੱਤਰ ਆਤਮਾ ਦੇ ਵਿੱਚ ਆ ਕੇ ਕਿਸੇ ਨੂੰ ਵੀ ਕੋਈ ਆਸ਼ੀਰਵਾਦ ਦਿੰਦੇ ਆ ਤਾਂ ਉਹ ਬੰਦਾ ਜਿਹੜਾ ਉਹ ਚੰਗਾ ਹੁੰਦਾ ਆ। ਲੋਕ ਜਿਹੜੇ ਬੜੇ ਬੜੇ ਬਿਮਾਰ ਜਿਹੜੇ ਉਹ ਚੰਗੇ ਹੁੰਦੇ ਆ ਔਰ ਐਵੇਂ ਦੀਆਂ ਗੱਲਾਂ ਜਿਹੜੀਆਂ ਜਾਦੂ ਦਾ ਜਿਹੜਾ ਕੋਈ ਵੀ ਵਰਡ ਜਿਹੜਾ ਇਸਤੇਮਾਲ ਬਾਈਬਲ ਦੇ ਵਿੱਚ ਨਹੀਂ ਆ। ਹਾਂਜੀ ਸਰ, ਜੋ ਵੀਡੀਓਜ਼ ਆਉਣੀਆਂ ਚੇਅਰਮੈਨ ਸਾਹਿਬ ਕਾਫੀ ਆਪਾਂ ਵਿਸਤਾਰ ਨਾਲ ਗੱਲ ਕਰਦੇ ਹਾਂ, ਜਿਸ ਤਰ੍ਹਾਂ ਵੀਡੀਓਜ਼ ਆਉਣੀਆਂ ਚਰਚ ਦੇ ਵਿੱਚ ਜਦੋਂ ਕੋਈ ਮੱਥੇ 'ਤੇ ਹੱਥ ਲਾਉਂਦਾ ਤਾਂ ਔਰਤਾਂ ਬਹੁਤ ਤੇਜ਼ੀ ਨਾਲ ਵਾਈਬ੍ਰੇਟ ਕਰਦੀਆਂ, ਇਹ ਕੀ ਚੀਜ਼ ਹੈ? ਉਹ ਇੱਕ ਆਸ਼ੀਰਵਾਦ ਆ। ਆਸ਼ੀਰਵਾਦ ਦੇਖੋ ਜਦੋਂ ਮੱਥੇ ਵੱਲ ਕੋਈ ਵੀ ਪਾਸੇ ਹੱਥ ਲਗਾਉਂਦਾ ਆ ਉਹਦੇ ਵਿੱਚ ਇੱਕ ਮਤਲਬ ਜਿਹੜੀ ਸ਼ਕਤੀ ਕੰਮ ਕਰਦੀ ਆ ਪਰਮਾਤਮਾ ਦੀ ਸ਼ਕਤੀ ਕੰਮ ਕਰਦੀ ਆ, ਪ੍ਰਭੂ ਯਿਸੂ ਮਸੀਹ ਦੀ ਸ਼ਕਤੀ ਕੰਮ ਕਰਦੀ ਆ ਔਰ ਉਹ ਆਪਣਾ ਆਸ਼ੀਰਵਾਦ ਜਿਹੜਾ ਲੋਕਾਂ ਨੂੰ ਬਿਮਾਰਾਂ ਨੂੰ ਦਿੰਦੇ ਆ ਅਤੇ ਉਹ ਉਸ ਦੇ ਨਾਲ ਚੰਗੇ ਹੁੰਦੇ ਨੇ, ਇੱਕਦਮ ਚੰਗੇ ਹੋ ਜਾਂਦੇ? ਹਾਂ, ਇੱਕਦਮ ਚੰਗੇ ਹੋ ਜਾਂਦੇ, ਲੋਕਾਂ ਦਾ ਵਿਸ਼ਵਾਸ ਆ। ਜਿਸ ਤਰ੍ਹਾਂ ਕਿ ਪੁਰਾਣੇ ਸਮੇਂ ਦੇ ਵਿੱਚ 2022 ਸਾਲ ਪਹਿਲਾਂ ਪ੍ਰਭੂ ਯਿਸੂ ਮਸੀਹ ਨੇ ਹਜ਼ਾਰਾਂ ਦੀ ਭੀੜ ਦੇ ਵਿੱਚ ਪਿਛਲੇ ਬੰਨੇ ਦੀ ਉਹਨਾਂ ਨੂੰ ਚੋਰੀ ਕਿਸੇ ਨੇ ਉਹਨਾਂ ਦਾ ਪੱਲਾ ਛੂਹਿਆ ਸੀਗਾ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਵਿੱਚੋਂ ਇੱਕ ਸ਼ਕਤੀ ਨਿਕਲੀ ਆ ਔਰ ਉਹਨਾਂ ਨੇ ਦੇਖਿਆ, ਫਿਰ ਉਹਨਾਂ ਦੇ ਚੇਲਿਆਂ ਨੇ ਦੇਖਿਆ ਕਿ ਕੋਈ ਬੰਦੇ ਨੇ ਟੱਚ ਕੀਤਾ ਔਰ ਬਹੁਤ ਸਾਲਾਂ ਤੋਂ ਬਿਮਾਰ ਸੀ ਉਹ ਚੰਗਾ ਹੋ ਗਿਆ। ਲਖੇ ਸਿਧਾਣੇ ਦਾ ਨਵਾਂ ਬਿਆਨ ਸੁਣਿਆ? ਲਖੇ ਸਿਧਾਣੇ ਨੂੰ ਮੈਂ ਮੇਰੇ ਵੀਰ ਨੂੰ ਬੜਾ ਚੰਗਾ ਸਮਝਦਾ ਸੀਗਾ ਪਰ ਜੋ ਵੀ ਉਹਨੇ ਪਿਛਲੇ ਸਮੇਂ ਦੇ ਵਿੱਚ ਸਾਡੇ ਪ੍ਰਚਾਰਕਾਂ ਦੇ ਬਾਰੇ ਬੋਲਿਆ ਆ ਉਹ ਬਹੁਤ ਮਾੜੀ ਗੱਲ ਆ ਔਰ ਲਖਾ ਸਿਧਾਣਾ ਨੂੰ ਮੇਰੀ ਚੇਤਾਵਨੀ ਆ ਕਿ ਜੇਕਰ ਇਸ ਤਰ੍ਹਾਂ ਦੇ ਬਿਆਨ ਦਿਓਗੇ ਤੁਸੀਂ ਪੂਰੇ ਕ੍ਰਿਸ਼ਚਨ ਭਾਈਚਾਰੇ ਦੇ ਲਈ 40 ਲੱਖ ਦਾ ਸਾਡਾ ਭਾਈਚਾਰਾ ਆ ਔਰ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਆ ਲੱਤਾਂ ਵੱਢਣੀਆਂ ਪ੍ਰਚਾਰਕ ਅੰਦਰ ਆਉਣਗੇ ਪਿੰਡਾਂ ਦੇ ਵਿੱਚ ਅਤੇ ਲੱਤਾਂ ਵੱਢ ਕੇ ਦੱਸਾਂਗੇ, ਲੱਖਾ ਸਿਧਾਣਾ ਨੂੰ ਕਹੋ ਕਿ ਲੱਤ ਵੱਢ ਕੇ ਦੱਸੇ ਅਤੇ ਫਿਰ ਅਸੀਂ ਉਹਦੇ ਨਾਲ ਗੱਲ ਕਰਾਂਗੇ। ਨਹੀਂ, ਉਹ ਕਹਿੰਦੇ ਤੁਹਾਡੇ ਕੰਮ 'ਤੇ ਕਿੰਤੂ ਪਰੰਤੂ ਆ, ਕਹਿੰਦੇ ਲਾਲਚ ਕਿਉਂ ਦਿੰਦੇ ਹੋ? ਗਰੀਬ ਕਮਿਊਨਿਟੀਆਂ ਨੂੰ ਲਾਲਚ ਦੇ ਦੇ ਕੇ ਆਪਣੀ ਕਮਿਊਨਿਟੀ 'ਚ ਤੁਸੀਂ ਮਿਲਾ ਰਹੇ ਹੋ, ਧਰਮ ਪਰਿਵਰਤਨ ਕਿਹਾ ਜਾ ਰਿਹਾ ਕਿ ਇਸ ਨੂੰ ਜਬਰੀ ਧਰਮ ਪਰਿਵਰਤਨ ਕਹਿ ਸਕਦੇ ਹਾਂ? ਜੀ, ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿੰਨੇ ਵੀ ਲੋਕ ਇਨਕਲੂਡਿੰਗ ਲੱਖਾ ਸਿਧਾਣਾ ਬੋਲ ਰਹੇ ਆ ਕਿ ਇਹ ਲਾਲਚ ਦਿੰਦੇ ਆ, ਤੁਸੀਂ ਦੇਖੋ ਕਿ ਜਿਹੜਾ ਸੈਂਸਸ ਆ ਉਹਦੇ ਵਿੱਚ ਨੋਟ ਕਰੋ ਕਿ ਕ੍ਰਿਸ਼ਚਨ ਕਮਿਊਨਿਟੀ ਜਿਹੜੀ ਆ ਕਿੱਥੇ ਇਸ ਟਾਈਮ ਸਟੈਂਡ ਆ। ਮੈਂ ਇਸ ਟਾਈਮ ਇਸ ਕਾਂਗਰਸ ਭਵਨ ਦੇ ਵਿੱਚ ਖੜ੍ਹਾ ਹਾਂ ਔਰ ਤੁਸੀਂ ਦੇਖੋ ਕਿ ਸਾਡਾ ਕੋਈ MLA ਹੈਗਾ, ਸਾਡਾ ਕੋਈ ਅੱਜ ਤੱਕ ਮੰਤਰੀ ਬਣਿਆ,
और साडा कोई अज तक SSP नहीं है, कोई साडे DC नहीं है, और साडे लोग पिंडां दे विच जिहड़े आ उह किसानां दे नाल एज अ हैल्पर तौर ते लेबर दा काम कर रहे, तो फिर ये पैसा कितों आ गया? पैसा तो साडे कोल है ही नहीं आ। कहिंदे बाहरों फंडिंग आउंदी, कोई फंडिंग नहीं आउंदी आ। तुसीं देखो जिहड़ा एक अकाउंट आ इंडिया दा अकाउंट आ, कोई फंडिंग नहीं आ रही आ, किसी किस्म की फंडिंग नहीं आ रही है। लोग पैसा देने की बजाय जी कोई किसी लालच नहीं दिता जा रहा, ये सिर्फ खा मखा गलां ने, एक भाईचारे को बदनाम कर दिया गलां ने। क्योंकि देखो भाईचारा जिहड़ा क्रिश्चियन भाईचारा चर्चा के जो लोग आते उन्होंने सत्कार दिता है, उन्होंने प्यार करता है, और प्रभु यीशु मसीह का जिहड़ा संदेश है वह प्यार आ, और प्यार के संदेश के राही लोग जिहड़े चर्चा के अच्छ भीड़ लग रही है, और उस भीड़ में ये लोग जिहड़ा एंटी नैगेटिविटी में लैके कह रहे हैं कि मतलब ये लोग जो लालच दे रहे। इस गल चेयरमैन साहब कितनी सच्चाई है कि लालच दे के गरीब कम्यूनिटियां पैसे दे के लैके आने, क्योंकि देखा जाए तो जो सरदार बंदा वो कहते जिसे सिर पर दस्तार है वह ना जाए थोड़े तो जबरी तुम पिंड जा के परचे सटवाने कि साडा इत्थे प्रोग्राम है, ये चीज़ा कि जड़िया ने सच है ना चीज़ों के देखो कोई सच्चाई नहीं है। तुसी कहिंदे कि गरीब कम्यूनिटी जिहड़ी आ क्रिश्चना दे विच आ रही आ, मैं तुहानूं पहलां भी बोल चुका कि क्रिश्चन आलरेडी गरीब ने, इन्हां तों इलावा इन्हां तों उपर तो कोई गरीब है ही नहीं आ। और तुसी देखो कि ऐसी भाईचारा है चाहे होर भाईचारे ने, ऐसी भाईचारे दी अज दी डेट दे विच 34 MLA आ, और जो 34 MLA बन गए उन्होंने रिजर्व शीटा ने, साड़ी ना तो कोई रिजर्व शीट आ ना कोई साड़ा MLA आ, तो फिर ये किदां दी गल्लां ने कि असीं कह दईए कि असीं किसी नूं लालच दे रहे। सिर्फ एक प्यार आ, प्यार दा जिहड़ा संदेश आ ਉਹ ਹੀ ਇੱਕ ਲੋਕਾਂ ਨੂੰ ਖਿੱਚ ਕੇ ਲੈ ਕੇ ਆ ਰਿਹਾ। ਪਿਆਰ ਤਾਂ ਹੋਰ ਧਰਮਾਂ 'ਚ ਵੀ ਹੈ ਚੇਅਰਮੈਨ ਸਾਹਿਬ, ਇਹਦਾ ਮਤਲਬ ਉਹਨਾਂ ਧਰਮਾਂ 'ਚ ਪਿਆਰ ਨਹੀਂ ਹੈਗਾ। ਕਿਤੇ ਨਾ ਕਿਤੇ ਫਿਰ ਜ਼ਿਆਦਾ ਹੋਏਗਾ ਨਾ ਪਿਆਰ ਇੱਥੇ। ਦੇਖੋ ਸਤਿਕਾਰ ਆ, ਇਹ ਤੋਂ ਪਹਿਲਾਂ ਵੀ ਮੇਰੇ ਤੋਂ ਪਹਿਲਾਂ ਰੰਗਰੇਟਾ ਡਾਕਟਰ ਜਿਹੜਾ ਉਹ ਵੀ ਬੋਲ ਚੁੱਕਿਆ ਕਿ ਪਿਆਰ ਆ, ਅਤੇ ਪਿਆਰ ਦੀ ਵਜ੍ਹਾ ਨਾਲ ਲੋਕਾਂ ਨੂੰ ਇੱਜ਼ਤਮਾਨ ਮਿਲਦੀ ਆ, ਕੋਈ ਉੱਥੇ ਵੱਡਾ ਛੋਟਾ ਨਹੀਂ ਆ, ਕੋਈ ਵੀ ਉੱਥੇ ਇਸ ਤਰ੍ਹਾਂ ਦਾ ਹੈ ਨਹੀਂ ਆ ਕਿ ਭਈ ਤੂੰ ਪਿੱਛੇ ਬੈਠ ਜਾਓ ਚਾਹੇ ਅੱਗੇ ਬੈਠ ਜਾਓ, ਸਭ ਨੂੰ ਜਿਹੜਾ ਆਇਆ ਉਹਨਾਂ ਨੂੰ ਬਰਾਬਰ ਦਾ ਸਤਿਕਾਰ ਮਿਲਦਾ। ਧਰਮ ਪਰਿਵਰਤਨ ਕਰਾਉਣਾ ਜ਼ਰੂਰੀ ਹੈ? ਧਰਮ ਪਰਿਵਰਤਨ ਹੈ ਹੀ ਨਹੀਂ ਅੱਜ ਤੱਕ, ਤੁਸੀਂ ਦੱਸ ਦਿਓ ਕੋਈ ਰਿਕਾਰਡ, ਤੁਸੀਂ ਕੋਈ ਵੀ ਮੈਨੂੰ ਕਲਿੱਪ ਦੱਸ ਦਿਓ ਕਿ ਜਿੱਥੇ ਵਿੱਚ ਕੋਈ ਧਰਮ ਪਰਿਵਰਤਨ ਹੋ ਰਿਹਾ। ਲੋਕ ਜਾਂਦੇ ਨੇ ਲੋਕਾਂ ਦੇ ਮਨ ਬਦਲਦੇ ਬਸ। ਤੁਸੀਂ ਲੱਖੇ ਸਦਾਣੇ ਨੂੰ ਕਹਿ ਰਹੇ ਹੋ ਕਿ ਲੱਖਾ ਸਦਾਣਾ ਲੱਤ ਵੱਢ ਕੇ ਦਿਖਾਵੇ, ਕੀ ਐਕਸ਼ਨ ਪਲਾਨ ਰਹਿਣ ਵਾਲਾ ਤੁਹਾਡਾ, ਕੀ ਚੇਤਾਵਨੀ ਦੇ ਰਹੇ ਹੋ ਲੱਖੇ ਸਦਾਣੇ? ਦੇਖੋ ਮੇਰੇ ਤੋਂ ਇਲਾਵਾ ਵੀ ਕਈ ਸਾਡੇ ਜਿਹੜੇ ਧਾਰਮਿਕ ਲੀਡਰਾਂ ਨੇ ਚਾਹੇ ਪੋਲੀਟੀਕਲ ਲੀਡਰਾਂ ਨੇ, ਮੈਂ ਉਹਨੂੰ ਦੱਸਿਆ, ਔਰ ਜੇਕਰ ਉਹ ਭਾਈਚਾਰੇ ਤੋਂ ਮਾਫੀ ਨਹੀਂ ਮੰਗੇਗਾ ਤਾਂ ਉਹਦੇ ਬਾਰੇ ਆਪਾਂ ਕੋਈ ਸਖਤੀ ਦੇ ਨਾਲ ਵੀ ਚੱਲਾਂਗੇ, ਕੋਈ ਇੱਦਾਂ ਦਾ ਰੋਡ ਮੈਪ ਤਿਆਰ ਕਰਾਂਗੇ। ਮਿਹਰਬਾਨੀ ਗੱਲਬਾਤ ਦੇ ਲਈ। ਸੋ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਵਾਕਈ ਕੋਈ ਕ੍ਰਿਸ਼ਮਾ ਹੈ, ਕੀ ਵਾਕਈ ਪੰਜਾਬ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਕ੍ਰਿਸ਼ਚਨਸ ਬਣਾਏ ਜਾ ਰਹੇ ਨੇ, ਉਹਨਾਂ ਦਾ ਕਿ ਧਰਮ ਪਰਿਵਰਤਨ ਹੋ ਰਿਹਾ, ਕੀ ਸੱਚ ਹੈ? ਲੱਖਾ ਸਦਾਣਾ ਨੂੰ ਲੈ ਕੇ ਕਾਫੀ ਜਿਹੜੀ ਹੈ ਉਹ ਸਖਤ ਤਲਖ ਟਿੱਪਣੀ ਕੀਤੀ ਗਈ ਹੈ ਕਿ ਭਾਈਚਾਰੇ ਦੇ ਵਿਰੁੱਧ ਇਸ ਤਰ੍ਹਾਂ ਦੀਆਂ ਸ਼ਬਦਾਵਲੀਆਂ ਜਿਹੜੀਆਂ ਨੇ ਉਹ ਬਰਦਾਸ਼ਤਯੋਗ ਨਹੀਂ ਹੋਣਗੀਆਂ, ਉਹਨਾਂ ਨੂੰ ਆਪਣੀ ਜਿਹੜੀ ਆ ਭਾਸ਼ਾ ਉਸ 'ਤੇ ਲਗਾਮ ਲਗਾਉਣੀ ਚਾਹੀਦੀ, ਨਹੀਂ ਤਾਂ ਮਸੀਹ ਭਾਈਚਾਰਾ ਕੋਈ ਸਖਤ ਕਦਮ ਚੁੱਕੂਗਾ। ਕੈਮਰਾਮੈਨ ਰੋਸ਼ਨ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ, ਪੰਜਾਬੀ।